सो चन्नी साहब ड्रामे करने छड़ दियो, दिल्ली जाना छड़ दियो, सवेरे हेलीकॉप्टर ते चढ़ जांदे आ। जाखड़ साहब नूं बड़ा याद आउंदा क्योंकि इंदिरा गांधी ने अपने दरबार साहब ते हमला कीता सी। जाखड़ साहब याद करो, उस इंसान नूं याद करना जिन्हां जिन्हें दरबार साहब हमला कीता, जिन्हें हजारां भैण भरावां दा कतलेआम कराया, उहनूं याद करना चाहुंदे हो? हुण शर्म आउणी चाहीदी जाखड़ साहब। सी मैं रवनीत बिद्दू दा कोई बयान सीरियस नहीं लैंदा कि उहनूं पता ही नहीं किस टाइम ते की कहना है की करना है। माड़ी गल कांग्रेस ने कीती है, जिहड़ा जगदीश टाइटलर नूं ਉਹਨਾਂ ਨੇ ਇੱਕ ਆਪਣੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਹੈ, ਇੱਕ ਇੰਪੋਰਟੈਂਟ ਪੋਜੀਸ਼ਨ ਦਿੱਤੀ ਹੈ। ਮੈਂ ਨਵਜੋਤ ਸਿੰਘ ਸਿੱਧੂ, ਸੁੱਖੀ ਰੰਧਾਵਾ, ਜਾਖੜ ਸਾਹਿਬ, ਚੰਨੀ ਸਾਹਿਬ, ਇਹਨੇ ਕਾਂਗਰਸ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ, ਤੁਹਾਡਾ ਕੀ ਇਹਦੇ 'ਤੇ ਜਵਾਬ ਹੈ? ਜਿਸ ਇਨਸਾਨ ਨੇ ਹਜ਼ਾਰਾਂ ਆਪਣੇ ਸਿੱਖ ਭੈਣ ਭਰਾ ਦਾ ਕਤਲ ਕੀਤਾ, ਜਿਸ ਨੇ ਆਪਣੇ ਹਜ਼ਾਰਾਂ ਗੁਰੂ ਘਰਾਂ ਦੇ ਉੱਤੇ ਉਹਦੇ ਹਮਲੇ ਕੀਤੇ, ਉਸ ਇਨਸਾਨ ਨੂੰ ਤੁਸੀਂ ਸਨਮਾਨਿਤ ਕਰ ਰਹੇ ਹੋ? ਜੇ ਉਹਨਾਂ ਦੀ ਹਿੰਮਤ ਹੈ, ਜੇ ਪੰਜਾਬ ਪ੍ਰਤੀ ਦਰਦ ਹੈ, ਜੇ ਕੌਮ ਪ੍ਰਤੀ ਦਰਦ ਹੈ, ਤੇ ਆਵਾਜ਼ ਉਠਾਉਣ, ਸੋਨੀਆ ਗਾਂਧੀ ਨੂੰ ਕਹਿਣ ਕਿ ਵਾਪਸ ਕਰੋ, ਨਹੀਂ ਤਾਂ ਅਸੀਂ ਪਾਰਟੀ ਤੋਂ ਅਸਤੀਫਾ ਦਿੰਦੇ ਹਾਂ। ਲੋਕਾਂ ਨੂੰ ਉਮੀਦ ਸੀ ਕਿ ਚੰਨੀ ਸਾਹਿਬ ਗਏ ਉੱਥੇ, ਨਵੇਂ ਨਵੇਂ ਤਾਜ਼ੇ ਮੁੱਖ ਮੰਤਰੀ ਬਣੇ ਆ, ਕਹਿੰਦਾ ਸਾਰਾ ਕੁਛ ਮੈਂ ਕਰੂੰਗਾ, ਕਰ ਲੂੰਗਾ, ਪਰ ਜੋ ਉਹਨਾਂ ਨੇ ਕੀਤਾ ਕੁਛ ਵੀ ਨਹੀਂ ਹੈ। ਸੀ ਮੈਂ ਰਵਨੀਤ ਬਿੱਦੂ ਦਾ ਕੋਈ ਬਿਆਨ ਸੀਰੀਅਸ ਨਹੀਂ ਲੈਂਦਾ ਕਿ ਉਹਨੂੰ ਪਤਾ ਹੀ ਨਹੀਂ ਕਿਸ ਟਾਈਮ 'ਤੇ ਕੀ ਕਹਿਣਾ ਕੀ ਕਰਨਾ। ਸੋ ਬੇਸਿਕਲੀ ਅੱਜ 3-4 ਇਸ਼ੂਜ਼ ਹੈ ਪੰਜਾਬ ਵਿੱਚ ਜਿਹੜਾ ਪੰਜਾਬ ਦੀ ਜਨਤਾ ਜਵਾਬ ਚਾਹੁੰਦੀ ਹੈ ਅਤੇ ਮੁੱਖ ਮੰਤਰੀ ਤੋਂ ਉਹਦਾ ਹੱਲ ਚਾਹੁੰਦੀ ਹੈ। ਇੱਕ ਵੱਡੀ ਜਿਹੜੀ ਮੁਸ਼ਕਿਲ ਆ ਰਹੀ ਹੈ ਪੰਜਾਬ ਦੇ ਕਿਸਾਨਾਂ ਨੂੰ, ਇੱਕ ਪਾਸੇ ਤਾਂ ਨਰਮਾ ਤਬਾਹ ਹੋ ਗਿਆ, ਇੱਕ ਪਾਸੇ ਬਾਸਮਤੀ ਚੌਲ ਅਤੇ ਝੋਨਾ ਤਬਾਹ ਹੋ ਗਿਆ। ਤਕਰੀਬਨ ਮੈਨੂੰ ਲੱਗਦਾ ਹੈ 2-3 ਹਜ਼ਾਰ ਪਿੰਡਾਂ ਵਿੱਚ ਆ ਤਬਾਹੀ ਆਈ ਹੈ ਗੜਿਆਂ ਕਰਕੇ ਅਤੇ ਇੱਧਰ ਪਿੰਕ ਵਾਮ ਕਰਕੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜਾ ਮੁਆਵਜ਼ਾ ਦੇਣਾ ਸੀ ਆਪਣਾ ਨਰਮੇ ਦਾ, ਉਹ ਬਹੁਤ ਘੱਟ ਦਿੱਤਾ, ਅਨਾਊਂਸ ਕੀਤਾ। ਲੋਕਾਂ ਨੂੰ ਉਮੀਦ ਸੀ ਕਿ ਚੰਨੀ ਸਾਹਿਬ ਗਏ ਉੱਥੇ, ਨਵੇਂ ਨਵੇਂ ਤਾਜ਼ੇ ਮੁੱਖ ਮੰਤਰੀ ਬਣੇ ਆ, ਅਤੇ ਕਹਿੰਦਾ ਸਾਰਾ ਕੁਛ ਮੈਂ ਕਰੂੰਗਾ, ਕਰ ਲੂੰਗਾ, ਪਰ ਜੋ ਉਹਨਾਂ ਨੇ ਕੀਤਾ ਕੁਛ ਵੀ ਨਹੀਂ ਹੈ। ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ, ਹਾਲੇ ਤਾਂ ਠੇਕੇ 50,000 ਰੁਪਏ, ਜਿਹੜਾ ਠੇਕਾ ਲਏ ਅਤੇ ਜ਼ਮੀਨ ਲੈ ਗਈ ਉਹਦਾ ਕੀ ਖਰਚਾ ਹੋਊਗਾ? ਕਿਸਾਨ ਹੁਣ ਅਗਲੀ ਫਸਲ ਬੀਜੂਗਾ ਕਿਵੇਂ? ਉਵੇਂ DAP ਅੱਜ ਖਾਦ ਮਿਲ ਨਹੀਂ ਰਹੀ, ਉੱਧਰ ਝੋਨੇ ਦੀ ਅਤੇ ਬਾਸਮਤੀ ਦੀ ਤਬਾਹ ਹੋ ਗਈ, ਉੱਧਰ ਉਸ ਤਰਫ ਤੱਕ ਕੰਪਨਸੇਸ਼ਨ ਸੋਚਿਆ ਹੀ ਨਹੀਂ ਹੈ। ਸੋ ਚੰਨੀ ਸਾਹਿਬ ਡਰਾਮੇ ਕਰਨੇ ਛੱਡ ਦਿਓ, ਦਿੱਲੀ ਜਾਣਾ ਛੱਡ ਦਿਓ, ਸਵੇਰੇ ਹੈਲੀਕਾਪਟਰ 'ਤੇ ਚੜ੍ਹ ਜਾਂਦੇ ਆ, ਕਿਤੇ ਦਿੱਲੀ ਆ ਜਾਂਦੇ, ਮਤਲਬ ਮਹੀਨੇ ਹਫ਼ਤੇ 'ਚ 3-4 ਦਿਨ ਤਾਂ ਦਿੱਲੀ ਜਾ ਕੇ ਉੱਥੇ ਰਹਿੰਦੇ ਆ ਅਤੇ ਉਹ ਤੋਂ ਹੁਕਮ ਲੈ ਕੇ ਵਾਪਸ ਆ ਜਾਂਦੇ ਆ। ਦੂਜੀ ਗੱਲ ਜਿਹੜੀ ਬੜੀ ਮਾੜੀ ਗੱਲ ਕਾਂਗਰਸ ਨੇ ਕੀਤੀ ਹੈ, ਜਿਹੜਾ ਜਗਦੀਸ਼ ਟਾਈਟਲਰ ਨੂੰ ਉਹਨਾਂ ਨੇ ਇੱਕ ਆਪਣੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ, ਇੱਕ ਇੰਪੋਰਟੈਂਟ ਪੋਜੀਸ਼ਨ ਦਿੱਤੀ ਹੈ। ਮੈਂ ਨਵਜੋਤ ਸਿੰਘ ਸਿੱਧੂ, ਸੁੱਖੀ ਰੰਧਾਵਾ, ਜਾਖੜ ਸਾਹਿਬ, ਚੰਨੀ ਸਾਹਿਬ, ਇਹਨੇ ਕਾਂਗਰਸ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ, ਤੁਹਾਡਾ ਕੀ ਇਹਦੇ 'ਤੇ ਜਵਾਬ ਹੈ? ਜਿਸ ਇਨਸਾਨ ਨੇ ਹਜ਼ਾਰਾਂ ਆਪਣੇ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ, ਜਿਸ ਨੇ ਆਪਣੇ ਹਜ਼ਾਰਾਂ ਗੁਰੂ ਘਰਾਂ ਦੇ ਉੱਤੇ ਉਹਦੇ ਹਮਲੇ ਕੀਤੇ, ਉਸ ਇਨਸਾਨ ਨੂੰ ਤੁਸੀਂ ਸਨਮਾਨਿਤ ਕਰ ਰਹੇ ਹੋ? ਇਹ ਤੋਂ ਵੱਡੀ ਬੇਅਦਬੀ, ਇਹ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ? ਚੁੱਪ ਕਿਉਂ? ਕਿਉਂਕਿ ਤੁਹਾਡੀ ਕੁਰਸੀਆਂ, ਟਿਕਟਾਂ, ਤੁਹਾਨੂੰ ਡਰ ਹੈ ਕਿ ਟਿਕਟਾਂ ਨਹੀਂ ਮਿਲਣਗੀਆਂ? ਗਾਂਧੀ ਪਰਿਵਾਰ ਦੇ ਥੱਲੇ ਐਂ ਲੱਗੇ ਹੈ ਜਿਵੇਂ ਸਾਰਾ ਕੁਝ ਉਹ ਹੁਕਮ ਹੁੰਦਾ ਉਹ ਗਾਂਧੀ ਗ੍ਰਾਮ ਦੇ ਕਹਿਤ 'ਤੇ ਕਰਦੇ ਆ। ਜੇ ਉਹਨਾਂ ਦੀ ਹਿੰਮਤ ਹੈ, ਜੇ ਪੰਜਾਬ ਪ੍ਰਤੀ ਦਰਦ ਹੈ, ਜੇ ਕੌਮ ਪ੍ਰਤੀ ਦਰਦ ਹੈ, ਤਾਂ ਆਵਾਜ਼ ਉਠਾਉਣ, ਸੋਨੀਆ ਗਾਂਧੀ ਨੂੰ ਕਹਿਣ ਕਿ ਵਾਪਸ ਕਰੋ, ਨਹੀਂ ਤਾਂ ਅਸੀਂ ਪਾਰਟੀ ਤੋਂ ਅਸਤੀਫਾ ਦਿੰਦੇ ਹਾਂ, ਜੇ ਹਿੰਮਤ ਹੈ। ਪਰ ਮੈਨੂੰ ਲੱਗਦਾ ਇਹਨਾਂ ਦੀ ਕੋਈ ਹਿੰਮਤ ਨਹੀਂ ਹੈ। ਪਹਿਲੀ ਮੈਂ ਉਹੀ ਕਹਿ ਰਿਹਾ ਕਰਾਂ, ਜਿਹੜਾ GVK ਥਰਮਲ ਪਲਾਂਟ ਦੀ ਗੱਲ ਕਰ ਰਿਹਾ, ਉਹਦਾ MOU ਸਭ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਸਾਈਨ ਕੀਤਾ। ਸੋ ਪਹਿਲੇ ਆਪਣਾ ਕਾਗਜ਼ ਦੇਖ ਲੈਣ। ਜਾਖੜ ਸਾਹਿਬ ਨੂੰ ਬੜਾ ਯਾਦ ਆਉਂਦਾ ਕਿਉਂਕਿ ਇੰਦਿਰਾ ਗਾਂਧੀ ਨੇ ਆਪਣੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ। ਜਾਖੜ ਸਾਹਿਬ ਯਾਦ ਕਰੋ,
उस इंसान नूं याद करना चाहुंदे जिन्हें दरबार साहब हमला किया, जिन्हें हजारां भैन भरावां दा कतलेआम कराया, उन्हूं याद करना चाहुंदे हो? उन्हूं शर्म आउणी चाहीदी है जाखड़ साहब नूं। सर जिहड़ी पंजाब दी 10 साल दी डिवेलपमेंट सी तुहाडी सरकार दे विच, जो तुसीं काम कराए होर पिछले 5 साल बारे की कहोगे? मैं जिवें चन्नी साहब ने मैं असैम्बली सवाल किया सी पैचवर्क 2002 तो 2007 तक कांग्रेस ने पैचवर्क किया सी, एक्टी पैचवर्क भी नहीं किया। तो मैं हूँ चन्नी साहब नूं बेनती करना चाहना है, मैं जिहड़ा अजकल देख रहा है चन्नी साहब रोज़ कोई ना कोई नवा ड्रामा करना चाहते हैं। कल मैं उन्होंने फोटो देखी गोलकीपर की हॉकी की, चन्नी साहब नूं पता ही नहीं कि मुख्यमंत्री बनियो तो जे मुख्यमंत्री की पोजिशन कि होनी चाहिए है। मुख्यमंत्री की पोजिशन गोलकीपर नहीं, मुख्यमंत्री की पोजिशन सेंटर फॉरवर्ड है, अगे गोल करना है, गोल बचाने नहीं। मुख्यमंत्री अपनी गोल बचाने वास्ते क्यों बैठा? क्योंकि उन्हें पता है, क्योंकि कितने नवजोत सिद्धू गोल करना आ जाता है, कितने सुखी रंधावा गोल करना आ जाता है, कितने दूजे गोल करना आ जाते हैं, तो राधे दिन अज लोड़ है मुख्यमंत्री नूं अगे आके लोगों दी मुश्किलां हल करके वो गोल कर, मुआवजा दे के गोल कर, अपना दूजी डेवलपमेंट करके मुआवजा दे। नहीं मैनू केड़ा, मैनू घर दस दियो किहड़े गए है? मतलब की है गोल करो मुआवजा दियो। मैं उन्होंने कह रहा है कि जो जिथे जाते हैं जिस मकसद वास्ते जाते हो मकसद पूरा करो। जे तुसीं गरीब नूं कहा है कि मैं मुआवजा पूरा दऊंगा फिर दियो, कल्ले फोटो खिचाउणा नहीं हुंदा। जे कोई उही मैं कह रहा वो तां ऐ सोची बैठे कि 2 महीने है, एक एक मिनट मैं इंजॉय करना। हैलीकॉप्टर चढ़ जाते मन लगता है, रात भी मन लगता उत्ते ही हैलीकॉप्टर ही रहिंदे आ कि मैं हुण कुरा इंजॉय कर लां। अज जिन्हें मैं अज कह रहा रेते वाले सारे सीधे चन्नी नूं मिलन लग गए, जिन्हें रेत माफिया अंडर डायरेक्ट चन्नी मुख्यमंत्री ने अपने कोल कर लिया। पहली बार हिस्टरी च है इंडस्ट्री तो माइनिंग कढ ली है, इंडस्ट्री मिनिस्टर होर बनाता है, माइनिंग अपने कोल रख लिया क्योंकि रेत माफी तो सीधा पैसा लेना सी। एक्साइज एंड टैक्सेशन चो टैक्सेशन देता है, एक्साइज अपने कोल रख लिया क्योंकि मैं लिकर माफिया तो सीधा पैसा लेना है। चन्नी साहब ने बड़ी स्ट्रैटजी काम किया है, जितों जितों पैसा इकट्ठा होना सी महकमे अपने को रख ले, तोड़ के पुराने 50 साल जुड़े हुए महकमे तोड़ के उन्हें अपने को रखा। मतलब की है उन्हें एक ही मतलब है पैसा इकट्ठा करना। जो सरकार आई इमीजिएट इंक्वायरी सिटिंग जज की होगी, जिन्या जमीना ते कब्जे कांग्रेस ने किए या किसी ने भी किए है सारिया जमीन वापस पंचायतों को दवाइया जाएगियां, तो जिन्होंने किए वो अंदर हो गए सने अफसर अंदर हो गए। मैं गिल साहब ना गल कर रहा सी, असी जल्दी ही मास्टर प्लान बनावेंगे, वील टेक इट टू अ लेवल एज गुड और बैटर दैन मोहाली।